ਫਿਰੋਜ਼ਪੁਰ ਤੋਂ ਸਾਂਸਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਪਹੁੰਚੇ ਤੇ ਲੋਕ ਸਭਾ ਚੋਣਾਂ ਵਿੱਚ ਮਿਲੀ ਜਿੱਤ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹਨਾਂ ਨੇ ਕੈਪਟਨ ਸਰਕਾਰ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਕੈਪਟਨ ਹਰ ਮੋਰਚੇ ਤੇ ਫੇਲ ਹੋ ਗਿਆ। ਸਾਡੀ ਸਰਕਾਰ ਸੀ ਤਾਂ ਕਿਸੇ ਨੂੰ ਬਿਜਲੀ ਦੇ ਬਿੱਲਾਂ ਦੀ ਚਿੰਤਾ ਨਹੀਂ ਸੀ ਹੁੰਦੀ, ਪਰ ਹੁਣ ਬਿਜਲੀ ਦੇ ਬਿੱਲ ਹੀ ਇੰਨੇ ਆਉਣੇ ਸ਼ੁਰੂ ਹੋ ਗਏ ਨੇ। ਉਹਨਾਂ ਕਿਹਾ ਕਿ ਹੁਣ ਉਹ 2 ਸਾਲ ਹੋਰ ਉਡੀਕ ਕਰ ਲੈਣ, ਮੁੜ ਤੋਂ ਅਕਾਲੀ ਸਰਕਾਰ ਦੇ ਰਾਜ 'ਚ ਖੁੱਲ੍ਹੇ ਗੱਫੇ ਮਿਲਣਗੇ। ਮੈਂ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਨ ਵਾਸਤੇ ਆਇਆ। ਤੁਸੀਂ ਬੜੀ ਮਦਦ ਕੀਤੀ, ਆਪਣੇ ਆਪ ਹੀ ਵਰਕਰ ਬਣ ਕੇ ਵੋਟਾਂ ਜਿਤਾਇਆ। ਭਾਵੇਂ ਵੋਟਾਂ ਦੇ ਦੌਰਾਨ ਮੈਂ ਪਿੰਡ ਪਿੰਡ ਜਾ ਨਹੀਂ ਸਕਿਆ ਕਿਉਂਕਿ ਮੈਨੂੰ ਸਾਰੇ ਪੰਜਾਬ ਜਾਣਾ ਸੀ, ਪਰ ਤੁਸੀਂ ਬਹੁਤ ਜ਼ਿਆਦਾ ਪਿਆਰ ਲੱਗਿਓ। ਮੇਰਾ ਤੁਹਾਡੇ ਨਾਲ ਸੰਬੰਧ ਕੋਈ 10 ਸਾਲ ਦਾ ਹੈ। ਪਹਿਲੀ ਵਾਰ ਆਇਆ ਸੀ ਇਸ ਇਲਾਕੇ 'ਚ, ਬੁਰਾ ਹਾਲ ਸੀ ਮੇਰੀ। ਉਦੋਂ ਹੀ ਮੈਂ ਸੋਚਿਆ ਸੀ ਕਿ ਇੱਥੇ ਬਹੁਤ ਕੰਮ ਦੀ ਲੋੜ ਹੈ। 7 ਸਾਲ ਆਪਣਾ ਰਾਜ ਸੀ ਅਤੇ ਮੈਂ 7 ਸਾਲਾਂ 'ਚ ਹਜ਼ਾਰਾਂ ਕਰੋੜਾਂ ਰੁਪਈਏ ਇੱਥੇ ਲਿਆ ਕੇ ਆ ਸਾਰੇ ਇਲਾਕੇ ਨੂੰ ਵਧੀਆ ਡਿਵੈਲਪ ਕੀਤਾ। ਆਹ ਵਿਘਨ ਜਿਹਾ ਪੈ ਗਿਆ 3 ਸਾਲਾਂ ਦਾ, ਜੇ ਹੁਣ ਆ 3 ਸਾਲ ਹੁੰਦੇ ਤਾਂ ਆਪਣਾ ਹੋਰ ਵੀ ਸਾਰੇ ਮਸਲੇ ਕਦਮ ਮੁਕੰਮਲ ਹੋ ਜਾਣੇ ਸੀ। ਅੱਜ ਕੱਲ੍ਹ ਹੁਣ ਕਿਉਂਕਿ ਰਾਜ ਇਹਨਾਂ ਦਾ, ਪੈਨਸ਼ਨਾਂ ਸ਼ਗਨ ਨੀਲੇ ਕਾਰਡ ਸਾਰੇ ਕੱਟ ਕੁੱਟ ਦਿੱਤੇ ਉਹਨਾਂ ਨੇ, ਬਿਜਲੀ ਦੇ ਬਿੱਲ ਵੀ ਪਹਿਲਾਂ ਵਾਧੂ ਹੋਣ ਲੱਗ ਗਏ ਸਾਰਿਆਂ ਦੇ, ਆਉਂਦੇ ਕਿ ਨਹੀਂ ਮਤਲਬ ਏਸੀ ਉਸੀ ਤਾਂ ਬੰਦ ਹੀ ਹੋ ਗਏ ਨੇ ਹੁਣ। ਆਪਣੇ ਟਾਈਮ ਤਾਂ ਖੁੱਲ੍ਹਾ ਕੰਮ ਸੀ, ਕਿਹੜਾ ਪੁੱਛਦਾ ਸੀ, ਕੋਈ ਆ ਹੀ ਨਹੀਂ ਦਿੰਦਾ ਜੀ ਇੱਥੇ। ਚਲੋ ਕੋਈ ਗੱਲ ਨਹੀਂ, ਔਖੇ ਸੌਖੇ 3 ਸਾਲ ਟੱਪ ਗਏ ਆ, ਹੁਣ ਤਾਂ 2 ਸਾਲ ਰਹਿ ਗਏ, 2 ਗਰਮੀਆਂ ਅਤੇ 2 ਸਰਦੀਆਂ, ਬੱਚਾ ਆਰਮੀ ਰਹਿ ਗਏ ਕੰਮ, ਉਹਦੇ ਬਾਅਦ ਫਿਰ ਦੇਖਿਓ ਤੁਸੀਂ ਕੋਈ ਚਿੰਤਾ ਕਰਦੇ। ਹੁਣ ਸੁਖਬੀਰ ਨੇ ਲੋਕਾਂ ਨੂੰ 2 ਸਾਲ ਇੰਤਜ਼ਾਰ ਕਰਨ ਨੂੰ ਤਾਂ ਕਹਿ ਦਿੱਤਾ, ਪਰ ਵੇਖਣਾ ਹੋਵੇਗਾ ਕਿ 2 ਸਾਲ ਬਾਅਦ ਪੰਜਾਬ ਦੇ ਲੋਕਾਂ ਦਾ ਫੈਸਲਾ ਕਿਸ ਦੇ ਹੱਕ ਵਿੱਚ ਜਾਵੇਗਾ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563।